ਨਿਕਲਦਾ ਕਿ ਸੂਰਜ ਡੁੱਬਣ ਤੋਂ ਪਹਿਲਾਂ ਘਰ ਪਹੁੰਚ ਜਾਈਏ ਤਾਂ ਵਧੀਆ ਗੱਲ ਹੈ। ਇਹ ਰਸਤੇ ਜਿਵੇਂ ਕੂਟ ਨਾ ਪਾਇਆ ਹੋਇਆ ਸ਼ਰਮਾਉਂਦੀ ਹੈ, ਘਬਰਾਉਂਦੀ ਹੈ, ਹਾਲੀਆ ਤੋਂ ਪਾਲੀਆ ਤੋਂ ਰਾਹਗੀਰਾਂ ਤੋਂ ਸੋਚਦੀ ਹੈ ਜੇ ਕਿਤੇ ਮੈਂ ਬਰਾਬਰ ਹੋ ਕੇ ਤੁਰ ਪਈ, ਕਿਸੇ ਨੇ ਦੇਖ ਲਏ ਤੇ ਪਛਾਣ ਲਏ ਤਾਂ ਪਿੰਡ ਜਾ ਕੇ ਗੱਲਾਂ ਬਣਾਉਣਗੇ। ਕੀ ਹੋਏ ਅਕਲ ਦੇ ਆਹੇ ਸੀਗੇ, ਅੱਜ ਖਾਏ ਖਾਏ ਕੇ ਤੁਰ ਗਏ। ਇੰਨਾ ਸਨ ਸ਼ਰਮ ਦਾ ਜ਼ਮਾਨਾ ਸੀ, ਅੱਜ ਕੱਲ੍ਹ ਵਾਂਗੂ ਥੋੜ੍ਹੀ ਹੈ ਬਈ ਵਿਆਹ ਤੋਂ ਪਹਿਲਾਂ ਹੀ। ਭਾਈ ਸਾਹਿਬ ਆ ਕੀ ਹੋ ਰਿਹਾ, ਅੱਗੋਂ ਬੜੇ ਟਾਹ ਨਾਲ ਜਵਾਬ ਦਿੰਦੇ ਨੇ, ਐਡਵਾਂਸ ਹੋ ਗਏ ਆ, ਬੜੇ ਐਡਵਾਂਸ ਲੋਕੀ। ਕੌਰ ਨਾਲ ਸੁਣਨਾ, ਹਾਕ ਮਾਰ ਕੇ ਨੂੰ ਤਿਆਰ ਕਰ ਵਾਲੇ ਜਵਾਬ ਦੀ ਆਦੀਓ ਭਰਿਆ ਲੋਕਾਂ, ਐਂ ਤੁਰਿਆ ਜਾਂਦਾ ਜਿਵੇਂ ਇਕੱਲਾ ਹੀ ਹੁੰਦਾ। ਮਾਪਿਆਂ ਨੇ ਮੈਂ ਵੀ ਤੇਰੇ ਨਾਲ ਲਾ ਕੇ ਤੋਰੀ ਹੋਈ ਆ, ਅੱਖ ਮੇ ਸੱਜੇ ਅੱਗੇ ਪਿੱਛੇ ਦੇਖ ਲੈ, ਮੈਂ ਤੇਰੇ ਮਗਰ ਤੋਰੀ ਆਉਣੀ ਹੈ, ਸ਼ਿਕਰ ਦੁਪਹਿਰਾ ਸਿਰ ਤੇ ਆਇਆ ਹੋਇਆ ਕਾਂ ਅੱਖ ਨਿਕਲਦੀ ਹੈ, ਮੁੜ ਕੇ ਨਾ ਮੇਰਾ ਬੁਰਾ ਹਾਲ ਹੈ, ਥੱਕ ਕੇ ਮੈਂ ਚੂਰ ਹੋਈ ਪਈ ਹਾਂ, ਠਾਕਾ ਮਾਰਦੀ ਦਾ ਮੇਰਾ ਗਲ ਸੁੱਕਿਆ ਪਿਆ। ਵੇਖ ਤੂਤਾਂ ਦੀ ਛਾਂ ਕਿੰਨੀ ਸੰਘਣੀ ਹੈ, ਆ ਜਾ ਬਹਿ ਜਾ ਨਾ, ਦੋ ਘੜੀ ਆਰਾਮ ਕਰ ਲੈ, ਦੋ ਪਿਆਰ ਦੀਆਂ ਗੱਲਾਂ ਕਰ ਲੈ, ਕੁਝ ਕਹਿ ਲੈ, ਕੁਝ ਸੁਣ ਲੈ, ਕੁਝ ਸਮਝ ਲੈ, ਕੁਝ ਸਮਝਾ ਲੈ। ਜਦੋਂ ਮੈਂ ਸਹੁਰੇ ਘਰ ਪਹੁੰਚ ਗਈ, ਉੱਥੇ ਤਾਂ ਕੰਮਾਂ ਕਾਰਾਂ 'ਚ ਉਹ ਵੀ ਨਹੀਂ ਮਿਲਣਾ ਜਿਹੜੀਆਂ ਦੋ ਪਿਆਰ ਦੀਆਂ ਗੱਲਾਂ ਕਰਦੀਆਂ ਨੇ, ਇੱਥੇ ਹੀ ਕਰ ਲਾ। ਗੱਭਰੂ ਕਹਿੰਦਾ ਨਹੀਂ ਨਹੀਂ, ਤੇ ਪਿਆਰ ਵਿਆਰ ਦੀਆਂ ਗੱਲਾਂ ਰਸਤਿਆਂ 'ਚ ਨਹੀਂ ਕਰੀਦੀਆਂ, ਘਰੇ ਜਾ ਕੇ ਡੰਗ ਲਾ ਲਈ ਜਿਹੜੀ ਲਾਉਣੀ ਹੈ। ਗੌਰ ਨਾਲ ਸੁਣ, ਉਹ ਵੀ ਕਿਹੜਾ ਉਹ ਵੀ ਕਿਹੜੀ ਹੈ, ਲੰਬੀਆਂ ਨੇ ਵਾਟਾਂ ਉੱਤੇ ਸਿੱਖੇ ਦੇ ਤੇਰੀ ਵੇ।
ਹਾਂ ਜੀ